ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ। ਚੰਡੀਗੜ੍ਹ ਦੀ ਇੱਕ ਵੱਖਰੀ ਤਸਵੀਰ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ, ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਕੋਈ ਬਹੁਤੀ ਜ਼ਿਆਦਾ ਚੰਗੀ ਨਹੀਂ ਹੈਗੀ ਗੀ। ਤੁਸੀਂ ਤਸਵੀਰਾਂ ਦੇਖਦੇ ਪਏ ਹੋ, ਸੈਕਟਰ ਜੋ ਜੰਕਸ਼ਨ ਹੈ, ਜੰਕਸ਼ਨ ਨੰਬਰ 47 ਦੀਆਂ ਤੁਸੀਂ ਤਸਵੀਰਾਂ ਦੇਖਦੇ ਪਏ ਹੋ। ਇਹ ਰਾਊਂਡ ਅਬਾਊਟ ਹੈ ਚੰਡੀਗੜ੍ਹ ਦਾ, ਜੰਕਸ਼ਨ ਨੰਬਰ 47, ਜੰਕਸ਼ਨ ਨੰਬਰ 47। ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਹੀ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਜੋ ਟ੍ਰੈਫਿਕ ਦੀ ਸਮੱਸਿਆ ਪੈਦਾ ਹੋਈ ਵੀ ਹੈ, ਪਰ ਰਾਤ ਦਾ ਜਿਹੜਾ ਹੁਣ ਸਮਾਂ ਹੈਗਾ ਐਗਜ਼ੈਕਟ ਇੱਥੇ ਸਿਰਫ 6:46 ਹੋਏ ਨੇ, ਸ਼ਾਮ ਦਾ ਸਮਾਂ 6:46 ਹੋਏ ਨੇ। ਅਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕੋਈ ਇੱਥੇ ਪੁਲਿਸ ਔਫਿਸਰ ਨਹੀਂ, ਕੋਈ ਇੱਥੇ ਟ੍ਰੈਫਿਕ ਮੁਲਾਜ਼ਮ ਨਹੀਂ ਹੈਗਾ, ਸਾਰੇ ਕੁੰਭਕਰਨੀ ਨੀਂਦ ਸੁੱਤੇ ਹੋਏ ਨੇ। ਅਤੇ ਜਿਹੜੀ ਜਨਤਾ ਹੈਗੀ ਹੈ ਚੰਡੀਗੜ੍ਹ ਦੀ, ਉਹ ਇੱਥੇ ਪੂਰਨ ਤੌਰ 'ਤੇ ਜਿਹੜੀ ਪੂਰੀ ਤਰ੍ਹਾਂ ਖੱਜਲ ਖੁਆਰ ਹੋ ਰਹੀ ਹੈ। ਕਾਰਨ ਕੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਕਿ ਆਖਿਰ ਇਹ ਹਾਲਾਤ ਇੱਥੋਂ ਦੇ ਕਿਉਂ ਬਣੇ ਨੇ, ਕਿਉਂਕਿ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਜੋ ਟ੍ਰੈਫਿਕ ਦੀ ਸਮੱਸਿਆ ਚੰਡੀਗੜ੍ਹ ਦੇ ਵਿੱਚ ਬਹੁਤ ਹੀ ਰੇਅਰ ਦਿਖਾਈ ਦਿੰਦੀ ਹੈ, ਪਰ ਜੋ ਅੱਜ ਇਹ ਕਾਰਨ ਇਸ ਕਰਕੇ ਬਣੇ ਨੇ ਕਿਉਂਕਿ ਜਿਹੜਾ ਜੰਕਸ਼ਨ ਨੰਬਰ 47 ਹੈ, ਇੱਥੇ ਜੋ ਸੜਕ ਹੈ ਉਹ ਮੇਨਟੇਨੈਂਸ ਦੇ ਲਈ ਬੰਦ ਕਰ ਦਿੱਤੀ ਗਈ ਹੈ। ਪਰ ਇੱਥੇ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਆਪਣਾ ਅਧਿਕਾਰਿਕ ਤੌਰ 'ਤੇ ਕੋਈ ਵੀ ਜਿਹੜਾ ਬੈਰੀਕੇਡ ਨਹੀਂ ਲਗਾਇਆ ਗਿਆ, ਅਤੇ ਲੋਕਾਂ ਨੂੰ ਥੋੜ੍ਹਾ ਜਿਹਾ ਸਮਝਣ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਆਖਿਰ ਇਹ ਬੰਦ ਕਿਉਂ ਕੀਤਾ ਹੋਇਆ, ਕਿ ਜੇਕਰ ਇੱਥੇ ਬੈਰੀਕੇਡ ਲੱਗਿਆ ਹੋਵੇਗਾ ਤਾਂ ਲੋਕ ਆਸਾਨੀ ਦੇ ਨਾਲ ਸਮਝ ਜਾਣਗੇ ਕਿ ਰੋਡ ਕਲੋਜ਼ ਹੈ। ਪਰ ਜਦੋਂ ਇਸ ਤਰ੍ਹਾਂ ਇਸ ਸਾਈਡ ਤੋਂ ਜਦੋਂ ਵੀ ਕੋਈ ਵਿਅਕਤੀ, ਕੋਈ ਵੀ ਕਾਰ ਚਾਲਕ, ਕੋਈ ਵੀ ਮੋਟਰਸਾਈਕਲ ਚਾਲਕ ਇੱਥੋਂ ਜਾ ਕੇ ਇਸ ਰੋਡ 'ਤੇ ਰਾਈਟ ਮੁੜਨਾ ਚਾਹੁੰਦਾ ਹੈ, ਕਾਰ ਚਾਲਕ ਹੈ ਜਾਂ ਮੋਟਰ ਚਾਲਕ ਹੈ ਉਸਦਾ, ਮੋਟਰਸਾਈਕਲ ਚਾਲਕ ਹੈ ਉਸਦਾ, ਇਹ ਲੈਫਟ ਬਣੇਗਾ। ਸਪੋਜ਼ ਜੇਕਰ ਕੋਈ ਵੀ ਵਿਅਕਤੀ, ਕੋਈ ਵੀ ਚਾਲਕ ਇੱਥੋਂ ਆਉਂਦਾ ਤਾਂ ਉਹ ਆਪਣੇ ਇੱਧਰੋਂ ਲੈਫਟ ਮੁੜਨ ਦੀ ਕੋਸ਼ਿਸ਼ ਕਰੇਗਾ ਤਾਂ ਸਾਹਮਣੇ ਉਸਨੂੰ ਇਸ ਤਰ੍ਹਾਂ ਰੋਡ ਕਲੋਜ਼ ਮਿਲੇਗਾ। ਪਰ ਇੱਥੇ ਅਸੂਲਨ ਤੌਰ 'ਤੇ ਕੋਈ ਨਾ ਕੋਈ ਬੋਰਡ ਲੱਗਿਆ ਹੋਣਾ ਚਾਹੀਦਾ ਹੈ ਡਾਇਵਰਸ਼ਨ ਦਾ, ਕਿ ਵੀ ਇੱਥੋਂ ਤੁਸੀਂ ਆਪਣਾ ਕੋਈ ਵੀ ਬਾਈਕ ਜਾਂ ਮੋਟਰਸਾਈਕਲ ਜਾਂ ਜੋ ਆਪਣਾ ਗੱਡੀ ਹੈ ਇਸ ਤੋਂ ਨਹੀਂ ਗੁਜ਼ਾਰ ਸਕਦੇ। ਪਰ ਲੋਕ ਆਪਣੀ ਸੂਝਬੂਝ ਦੇ ਨਾਲ ਜਦੋਂ ਕੰਮ ਲੈਂਦੇ ਨੇ ਤਾਂ ਉਹ ਕੀ ਕਰਦੇ ਨੇ, ਇੱਥੋਂ ਗੱਡੀ ਨੂੰ ਲਿਜਾ ਕੇ ਆਪਣੇ ਓਪੋਜ਼ਿਟ ਰੋਂਗ ਸਾਈਡ ਤੋਂ ਗੱਡੀ ਘੁਮਾਉਂਦੇ ਨੇ, ਤਾਂ ਜੋ ਉਹਨਾਂ ਨੇ ਲੈਫਟ ਮੁੜਨਾ ਹੁੰਦਾ ਤਾਂ ਇੱਥੋਂ ਰੋਂਗ ਸਾਈਡ ਗੱਡੀ ਪਾ ਕੇ ਇੱਥੋਂ ਲੈਫਟ ਮੁੜ ਜਾਂਦੇ ਨੇ। ਪਰ ਇੱਥੇ ਜੋ ਡਿਊਟੀ ਹੈ ਪੁਲਿਸ ਪ੍ਰਸ਼ਾਸਨ ਦੀ, ਟ੍ਰੈਫਿਕ ਮੁਲਾਜ਼ਮਾਂ ਦੀ, ਉਹ ਕਿਤੇ ਨਾ ਕਿਤੇ ਨਦਾਰਦ ਦਿਖਾਈ ਦੇ ਰਹੀ ਹੈ, ਗਾਇਬ ਹੈ। ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਮੁਲਾਜ਼ਮ, ਕੋਈ ਵੀ ਟ੍ਰੈਫਿਕ ਮੁਲਾਜ਼ਮ ਇੱਥੇ ਮੌਜੂਦ ਨਹੀਂ ਹੈ, ਪਰ ਜਿਹੜੇ ਲੋਕ ਨੇ ਉਹ ਖੱਜਲ ਖੁਆਰ ਹੁੰਦੇ ਸਾਫ਼ ਦਿਖਾਈ ਦੇ ਰਹੇ ਨੇ ਤੁਹਾਨੂੰ। ਅਜਿਹੇ ਮਾਹੌਲ ਦੇ ਵਿੱਚ ਜੇਕਰ ਕਿਸੇ ਵਿਅਕਤੀ ਦੀ ਗੱਡੀ ਕਿਸੇ ਦੂਸਰੇ ਦੇ ਨਾਲ ਟਕਰਾ ਜਾਂਦੀ ਹੈ ਤਾਂ ਮਾਹੌਲ ਕੀ ਬਣੇਗਾ, ਤੁਸੀਂ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ। ਹਰ ਕੋਈ ਆਪਣੇ ਆਪ ਨੂੰ ਵੱਡਾ ਸਮਝਦਾ ਕਿ ਵੀ ਮੈਂ ਸਹੀ ਹਾਂ ਤੂੰ ਗਲਤ ਹੈ, ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਮੌਜੂਦ ਰਹਿਣਾ ਚਾਹੀਦਾ, ਟ੍ਰੈਫਿਕ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਨੇ ਉਹ ਤੈਨਾਤ ਹੋਣੇ ਚਾਹੀਦੇ ਨੇ, ਪਰ ਉਹ ਇੱਥੋਂ ਗਾਇਬ ਨੇ। ਆਪਣੀ ਕੁੰਭਕਰਨੀ ਨੀਂਦ, ਜਿਹੜਾ ਪ੍ਰਸ਼ਾਸਨ ਚੰਡੀਗੜ੍ਹ ਦਾ ਪੁਲਿਸ ਪ੍ਰਸ਼ਾਸਨ ਹੈ, ਟ੍ਰੈਫਿਕ ਪੁਲਿਸ ਪ੍ਰਸ਼ਾਸਨ ਹੈ, ਉਹ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਲੋਕ ਇੱਕ ਦੂਜੇ ਨੂੰ ਹੌਰਨ ਮਾਰਦੇ ਨਜ਼ਰ ਆਉਂਦੇ ਨੇ, ਜਿਸ ਵਿਅਕਤੀ ਨੇ ਇੱਥੋਂ ਲੈਫਟ ਮੁੜਨਾ ਹੈ ਉਹ ਕਿੰਨੀ ਮੁਸ਼ਕਲ ਦੇ ਨਾਲ ਆਪਣੀ ਗੱਡੀ ਨੂੰ ਇੱਥੋਂ ਲੈ ਕੇ ਜਾਂਦਾ। ਜਿਵੇਂ ਕਿ ਮੈਂ ਪਹਿਲਾਂ ਗੱਲ ਕਰਦਾ ਹਟਿਆ ਕਿ ਜਦੋਂ ਵੀ ਕਿਸੇ ਵਿਅਕਤੀ ਨੇ ਆਪਣੀ ਗੱਡੀ ਇੱਥੋਂ ਘੁਮਾਉਣੀ ਹੈ ਤਾਂ ਜਦੋਂ ਵੀ ਪਿੱਛੋਂ ਗੱਡੀ ਆਊਗੀ ਕਿਤੇ ਨਾ ਕਿਤੇ ਗਲਤੀ ਦੇ ਨਾਲ ਜੇਕਰ ਮਾੜੀ ਮੋਟੀ ਕਿਸੇ ਦਾ ਨਾਲ ਲੱਗ ਜਾਂਦੀ ਹੈ ਤਾਂ ਉਸਦਾ ਖਾਮਿਆਜ਼ਾ ਦੂਸਰੇ ਵਿਅਕਤੀ ਨੂੰ ਭੁਗਤਣਾ ਪਵੇਗਾ, ਜਾਂ ਫਿਰ ਉਹ ਆਪਸ ਦੇ ਵਿੱਚ ਮੰਦੀ ਸ਼ਬਦਾਵਲੀ ਵੀ ਬੋਲ ਸਕਦੇ ਨੇ, ਜਾਂ ਗੱਲ ਬਹੁਤ ਹੀ ਜ਼ਿਆਦਾ ਵੱਧ ਵੀ ਸਕਦੀ ਹੈ। ਤੁਸੀਂ ਸਾਹਮਣੇ ਦੇਖ ਸਕਦੇ ਹੋ ਬੱਸ ਵੀ ਆ ਰਹੀ ਹੈ ਜੋ ਕਿ ਲੋਕਲ ਬੱਸ ਹੈ ਚੰਡੀਗੜ੍ਹ
ਦੀ ਲੋਕਲ ਬੱਸ ਹੈ, ਸੈਕਟਰ 17 ਤੋਂ ਖਰੜੇ ਜਾਣੀ ਹੈ ਅਤੇ ਹੁਣ ਇਹ ਬੱਸ ਸਟੈਂਡ ਵੱਲ ਨੂੰ ਜਾਣਾ ਸੀ ਇਸਨੇ, ਪਰ ਇਹ ਵੀ ਹੁਣ ਰੋਂਗ ਸਾਈਡ ਤੋਂ ਗੱਡੀ ਘੁਮਾ ਕੇ, ਬੱਸ ਘੁਮਾ ਕੇ ਇੱਥੋਂ ਲੈ ਕੇ ਜਾਵੇਗਾ। ਜਿਹੜਾ ਟਿੱਪਰ ਹੈ ਉਹ ਵੀ ਇੱਥੇ ਮੌਜੂਦ ਹੈ, ਜਿਸ ਦੇ ਥਰੂ ਇੱਥੇ ਸੜਕ ਦੀ ਉਸਾਰੀ ਕੀਤੀ ਜਾਣੀ ਹੈ, ਜਾਂ ਸੜਕ ਜਿਹੜੀ ਰੈਨੋਵੇਸ਼ਨ ਚੱਲਦੀ ਪਈ ਹੈ ਉਸਦਾ ਕੰਮ ਚੱਲਦਾ ਪਿਆ ਹੈ, ਉਹ ਟਿੱਪਰ ਵੀ ਇੱਥੇ ਮੌਜੂਦ ਹੈ। ਪਰ ਪੁਲਿਸ ਪ੍ਰਸ਼ਾਸਨ, ਟ੍ਰੈਫਿਕ ਪੁਲਿਸ ਪ੍ਰਸ਼ਾਸਨ ਕੋਈ ਵੀ ਇੱਥੇ ਦਿਖਾਈ ਦਿੰਦਾ ਨਜ਼ਰ ਨਹੀਂ ਆ ਰਿਹਾ। ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਵੇਂ ਲੋਕ ਖੱਜਲ ਹੋ ਰਹੇ ਨੇ। ਪਰ ਅਜਿਹੇ ਮਾਹੌਲ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਕੋਈ ਮਰੀਜ਼ ਜਾਂ ਐਂਬੂਲੈਂਸ ਫਸ ਜਾਂਦੀ ਹੈ ਤਾਂ ਉਹ ਕਿਸ ਹਾਲਾਤਾਂ ਦੇ ਵਿੱਚੋਂ ਇੱਥੋਂ ਆਪਣੀ ਐਂਬੂਲੈਂਸ ਬਾਹਰ ਕੱਢੇਗਾ, ਇਹ ਸਭ ਤੋਂ ਵੱਡਾ ਸਵਾਲ ਹੈ। ਇਸ ਮਾਹੌਲ ਦੇ ਮੱਦੇਨਜ਼ਰ ਘੱਟੋ ਘੱਟ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਡਿਊਟੀ ਨਿਭਾਉਣੀ ਚਾਹੀਦੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ ਤਾਂ ਕੋਈ ਮਰੀਜ਼, ਕੋਈ ਐਂਬੂਲੈਂਸ ਇੱਥੇ ਫਸ ਜਾਵੇਗੀ ਤਾਂ ਉਸਨੂੰ ਕਿਵੇਂ ਤੁਰੰਤ ਬਾਹਰ ਕੱਢਣਾ, ਕਿਉਂਕਿ ਜਦੋਂ ਮਰੀਜ਼ ਆਖਰੀ ਸਾਹਾਂ 'ਤੇ ਹੁੰਦਾ ਤਾਂ ਉਸਦੇ ਲਈ ਇੱਕ ਪਲ ਬਹੁਤ ਹੀ ਜ਼ਿਆਦਾ ਕੀਮਤੀ ਹੋ ਜਾਂਦਾ। ਜੇਕਰ ਆਪਾਂ ਅਸੀਂ ਘੱਟੋ ਘੱਟ ਅੰਦਾਜ਼ਾ ਲਗਾਈਏ, ਘੱਟੋ ਘੱਟ ਜੇਕਰ ਇੱਥੋਂ 25-30 ਗੱਡੀਆਂ ਪਿੱਛੇ ਗੱਲ ਕਰੀਏ, ਜੇ ਆਪਾਂ ਗੱਲ ਕਰੀਏ ਕਿ 20-25 ਗੱਡੀਆਂ ਤੋਂ ਪਿੱਛੇ ਕਿਤੇ ਐਂਬੂਲੈਂਸ ਫਸ ਜਾਂਦੀ ਹੈ ਤਾਂ ਤੁਸੀਂ ਆਪ ਹੀ ਦੇਖ ਲਓ ਕਿ ਵੀ ਉਹ ਕਿੰਨਾ ਹਾਲਾਤਾਂ ਦੇ ਵਿੱਚੋਂ ਬਾਹਰ ਨਿਕਲੂਗੀ, ਕਿਉਂਕਿ ਹਰ ਕੋਈ ਚਾਹੁੰਦਾ ਕਿ ਵੀ ਮੈਂ ਆਪਣਾ ਘਰ ਟਾਈਮ ਸਿਰ ਪਹੁੰਚਾਂ। ਅਜਿਹੇ ਮਾਹੌਲ ਦੇ ਵਿੱਚ ਅਫੜਾ ਤਫੜੀ ਵਾਲਾ ਮਾਹੌਲ ਵੀ ਪੈਦਾ ਹੋ ਸਕਦਾ, ਕਿਉਂਕਿ ਜਦੋਂ ਐਂਬੂਲੈਂਸ ਦਾ ਹੂਟਰ ਵੱਜਦਾ ਤਾਂ ਲੋਕ ਆਪਣੀ ਗੱਡੀ ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਵੀ ਹੁੰਦਾ ਕਿ ਜੋ ਮਰੀਜ਼ ਇਸ ਨੂੰ ਪਹਿਲ ਦਿੱਤੀ ਜਾਵੇ। ਪਰ ਸੁਭਾਵਿਕ ਤੌਰ 'ਤੇ ਇਹ ਨਹੀਂ ਹੋ ਸਕਦਾ ਕਿ ਲੋਕ ਤੁਰੰਤ ਆਪਣੀਆਂ ਗੱਡੀਆਂ ਪਾਸੇ ਕਰ ਲੈਣ, ਤਾਂ ਅਜਿਹੇ ਮਾਹੌਲ ਦੇ ਵਿੱਚ ਜਿਹੜਾ ਖਾਮਿਆਜ਼ਾ ਹੈਗਾ ਮਰੀਜ਼ ਨੂੰ ਸਭ ਤੋਂ ਵੱਡਾ ਜਿਹੜਾ ਹੈਗਾ ਭੁਗਤਣਾ ਪੈ ਸਕਦਾ। ਜੋ ਆਮ ਲੋਕ ਨੇ ਜਿਨ੍ਹਾਂ ਨੇ ਆਪਣੇ ਛੋਟੇ ਮੋਟੇ ਕੰਮ ਜਾਣਾ ਜਾਂ ਘਰਾਂ ਨੂੰ ਵਾਪਸ ਜਾਂਦੇ ਪਏ ਨੇ, ਉਹ ਕਿਤੇ ਨਾ ਕਿਤੇ ਇਸ ਮੁਸੀਬਤ ਦੇ ਨਾਲ 2-4 ਹੋ ਜਾਣਗੇ। ਪਰ ਜਿਹੜੇ ਮਰੀਜ਼ ਨੂੰ ਜੇਕਰ ਦਿੱਕਤ ਆ ਜਾਂਦੀ ਹੈ ਕਿਸੇ ਨੂੰ ਵੀ, ਤਾਂ ਉਹ ਕਿਸ ਹਾਲਾਤ ਦੇ ਵਿੱਚ ਹਸਪਤਾਲ ਪਹੁੰਚੇਗਾ, ਕੀ ਉਹ ਪਹੁੰਚ ਪਾਵੇਗਾ ਈਵੀ ਜਾਂ ਨਹੀਂ ਪਹੁੰਚ ਪਾਵੇਗਾ, ਇਹ ਵੀ ਇੱਕ ਵੱਡਾ ਸਵਾਲ ਹੈ। ਕਿਉਂਕਿ ਜੋ ਮਰੀਜ਼ ਹੈ ਉਸਦੇ ਲਈ ਇੱਕ ਪਲ ਵੀ ਬਹੁਤ ਹੀ ਜ਼ਿਆਦਾ ਕੀਮਤੀ ਹੋ ਜਾਂਦਾ, ਕਿਉਂਕਿ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕੁਝ ਸਮੇਂ ਦੀ ਦੇਰੀ ਕਰਕੇ ਹੀ ਮਰੀਜ਼ ਦੀ ਮੌਤ ਹੋ ਜਾਂਦੀ ਹੈ, ਉਸਨੂੰ ਖਾਮਿਆਜ਼ਾ ਭੁਗਤਣਾ ਪੈਂਦਾ ਹੈ। ਤਾਂ ਇੱਥੇ ਕਿਤੇ ਨਾ ਕਿਤੇ ਜਿਹੜੀ ਡਿਊਟੀ ਹੈ ਪੁਲਿਸ ਪ੍ਰਸ਼ਾਸਨ ਦੀ ਗਾਇਬ ਨਜ਼ਰ ਆਉਂਦੀ ਹੈ। ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਵੀ ਇੱਥੇ ਕੋਈ ਨਾ ਕੋਈ ਜਿਹੜਾ ਪੁਲਿਸ ਮੁਲਾਜ਼ਮ ਹੈ ਉਹ ਤੈਨਾਤ ਕੀਤਾ ਜਾਵੇ। ਰਾਤ ਦਾ ਜਿਹੜਾ ਸ਼ਾਮ ਦਾ ਸਮਾਂ 6:46 ਤੋਂ ਆਪਾਂ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ, ਰਿਪੋਰਟਿੰਗ ਸ਼ੁਰੂ ਕੀਤੀ ਸੀਗੀ, ਅਤੇ 6:52 ਹੋ ਗਏ ਨੇ, ਹਾਲੇ ਤੱਕ ਵੀ ਕੋਈ ਵੀ ਪੁਲਿਸ ਮੁਲਾਜ਼ਮ ਇੱਥੇ ਨਹੀਂ ਪਹੁੰਚਿਆ। ਇਸ ਤੋਂ ਪਹਿਲਾਂ ਵੀ ਜਗਬਾਣੀ ਦੀ ਟੀਮ ਘੱਟੋ ਘੱਟ 10-15 ਮਿੰਟ ਇੱਥੇ ਵੇਟ ਕਰਦੀ ਰਹੀ ਹੈ, ਪਰ ਕੋਈ ਵੀ ਪੁਲਿਸ ਮੁਲਾਜ਼ਮ ਇੱਥੇ ਨਹੀਂ ਪਹੁੰਚਿਆ। ਹੁਣ ਤੁਸੀਂ ਆਪ ਦੇਖ ਸਕਦੇ ਹੋ ਕਿਵੇਂ ਲੋਕ ਇੱਕ ਦੂਜੇ ਨੂੰ ਹੌਰਨ ਮਾਰਦੇ ਨਜ਼ਰ ਆ ਰਹੇ ਨੇ, ਰਾਹ ਮੰਗਦੇ ਨਜ਼ਰ ਆ ਰਹੇ ਨੇ, ਪਰ ਇੱਥੇ ਹਰ ਕੋਈ ਆਪੋ ਆਪਣੀ ਹੋੜ ਦੇ ਵਿੱਚ ਲੱਗਿਆ ਹੋਇਆ, ਹਰ ਕੋਈ ਆਪਣੇ ਘਰ ਜਾਣਾ ਚਾਹੁੰਦਾ ਅਤੇ ਹਰ ਕੋਈ ਚਾਹੁੰਦਾ ਕਿ ਵੀ ਮੈਂ ਪਹਿਲਾਂ ਨਿਕਲ ਜਾਵਾਂ, ਮੈਂ ਪਹਿਲਾਂ ਨਿਕਲ ਜਾਵਾਂ। ਪਰ ਜੋ ਡਿਊਟੀ ਹੈ ਪੁਲਿਸ ਪ੍ਰਸ਼ਾਸਨ ਦੀ ਇੱਥੇ ਗਾਇਬ ਨਜ਼ਰ ਆਉਂਦੀ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ, ਆਪਣਾ ਕਮੈਂਟ ਜ਼ਰੂਰ ਦੇ ਦੇਣਾ। ਤੁਸੀਂ ਬਣੇ ਰਹੋ ਜਗਬਾਣੀ ਟੀਵੀ ਦੇ ਨਾਲ, ਧੰਨਵਾਦ।